ਮੁਕਾਬਲਾ, ਇਹ ਜੀਪੀ ਵੀ ਕਹਿੰਦਾ ਬੀਜੇਪੀ ਨਾਲ ਮੁਕਾਬਲਾ, ਡਾਕਟਰ ਅਮਰ ਸਿੰਘ ਵੀ, ਇੱਕ ਸਾਡੇ ਹੋਰ ਹੈ ਵਿਚਾਰੇ ਖਾਲਸਾ ਜੀ, ਉਹ ਵੀ ਕਹਿੰਦੇ ਸਾਡੇ ਬੀਜੇਪੀ ਨਾਲ ਮੁਕਾਬਲਾ। ਲੱਗਦਾ ਕਿ ਕਿਸਾਨ ਲੀਡਰਾਂ ਦੇ ਵਿਰੋਧ ਦੀ ਵਜ੍ਹਾ ਕਰਕੇ ਬੀਜੇਪੀ ਨੂੰ ਨੁਕਸਾਨ ਹੋਏਗਾ? ਦੇਖੋ ਜੀ, ਨੁਕਸਾਨ ਤਾਂ ਕਿਸਾਨਾਂ ਨੂੰ ਹੋਣਾ, ਅੱਜ ਨਹੀਂ ਤਾਂ ਕੱਲ ਹੋਣਾ। ਜਿਹੜੇ ਕਿਸਾਨ ਆ ਨਾ, ਇਹ ਸਿਰਫ ਆਪਣੀ ਦਾਦਾਗਿਰੀ ਕਰਕੇ ਪੰਜਾਬ ਨੂੰ ਬਰਬਾਦ ਕਰਨ ਵਾਸਤੇ ਲੱਗੇ ਹੋਏ। ਇਹੀ ਕਿਸਾਨ ਕਹਿੰਦੇ ਸੀਗੇ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਜਦੋਂ ਇਹਨਾਂ ਨੂੰ ਲੋੜ ਤੀ ਜਿੰਦਾਬਾਦ ਜਿੰਦਾਬਾਦ, ਜਦੋਂ ਮਾਲ ਮਾਰਦਾ ਆਇਆ ਸਭ ਗੋਲ ਕਰਕੇ, ਜਿਹੜੇ ਕੰਬਲਾ ਹੈ ਘਰ ਨੂੰ ਲੈ ਕੇ, ਡਰਾਈ ਫਰੂਟ ਘਰ ਨੂੰ ਲੈ ਕੇ, ਜਿੰਨਾ ਸਮਾਨ ਆਇਆ ਘਰ ਨੂੰ ਲੈ ਕੇ, ਕਿਆ ਜਦੋਂ ਕਿਸਾਨਾਂ ਦੇ ਨਾਲ ਮਜ਼ਦੂਰ ਬੈਠੇ ਤੇ ਇਹਨਾਂ ਨੂੰ ਵੰਡ ਕੇ ਦਿੱਤਾ ਕਿਸੇ ਮਜ਼ਦੂਰ ਨੂੰ? ਸਭ ਮਾਲ ਖਾਣ ਵਾਲੇ ਬੰਦੇ ਆ। ਮੁਕਾਬਲਾ, ਇਹ ਜੀਪੀ ਵੀ ਕਹਿੰਦਾ ਬੀਜੇਪੀ ਨਾਲ ਮੁਕਾਬਲਾ, ਡਾਕਟਰ ਅਮਰ ਸਿੰਘ ਵੀ, ਇੱਕ ਸਾਡੇ ਹੋਰ ਹੈ ਵਿਚਾਰੇ ਖਾਲਸਾ ਜੀ, ਉਹ ਵੀ ਕਹਿੰਦੇ ਸਾਡੇ ਬੀਜੇਪੀ ਨਾਲ ਮੁਕਾਬਲਾ। ਲੱਗਦਾ ਕਿ ਕਿਸਾਨ ਲੀਡਰਾਂ ਦੇ ਵਿਰੋਧ ਦੀ ਵਜ੍ਹਾ ਕਰਕੇ ਬੀਜੇਪੀ ਨੂੰ ਨੁਕਸਾਨ ਹੋਏਗਾ? ਦੇਖੋ ਜੀ, ਨੁਕਸਾਨ ਤਾਂ ਕਿਸਾਨਾਂ ਨੂੰ ਹੋਣਾ, ਅੱਜ ਨਹੀਂ ਤਾਂ ਕੱਲ ਹੋਣਾ। ਜਿਹੜੇ ਕਿਸਾਨ ਆ ਨਾ, ਇਹ ਸਿਰਫ ਆਪਣੀ ਦਾਦਾਗਿਰੀ ਕਰਕੇ ਪੰਜਾਬ ਨੂੰ ਬਰਬਾਦ ਕਰਨ ਵਾਸਤੇ ਲੱਗੇ ਹੋਏ। ਇਹੀ ਕਿਸਾਨ ਕਹਿੰਦੇ ਸੀਗੇ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਜਦੋਂ ਇਹਨਾਂ ਨੂੰ ਲੋੜ ਤੀ ਜਿੰਦਾਬਾਦ ਜਿੰਦਾਬਾਦ, ਜਦੋਂ ਮਾਲ ਮਾਰਦਾ ਆਇਆ ਸਭ ਗੋਲ ਕਰਕੇ, ਜਿਹੜੇ ਕੰਬਲਾ ਹੈ ਘਰ ਨੂੰ ਲੈ ਕੇ, ਡਰਾਈ ਫਰੂਟ ਘਰ ਨੂੰ ਲੈ ਕੇ, ਜਿੰਨਾ ਸਮਾਨ ਆਇਆ ਘਰ ਨੂੰ ਲੈ ਕੇ, ਕਿਆ ਜਦੋਂ ਕਿਸਾਨਾਂ ਦੇ ਨਾਲ ਮਜ਼ਦੂਰ ਬੈਠੇ ਤੇ ਇਹਨਾਂ ਨੂੰ ਵੰਡ ਕੇ ਦਿੱਤਾ ਕਿਸੇ ਮਜ਼ਦੂਰ ਨੂੰ? ਸਭ ਮਾਲ ਖਾਣ ਵਾਲੇ ਬੰਦੇ ਆ। ਮੁਕਾਬਲਾ, ਇਹ ਜੀਪੀ ਵੀ ਕਹਿੰਦਾ ਬੀਜੇਪੀ ਨਾਲ ਮੁਕਾਬਲਾ, ਡਾਕਟਰ ਅਮਰ ਸਿੰਘ ਵੀ, ਇੱਕ ਸਾਡੇ ਹੋਰ ਹੈ ਵਿਚਾਰੇ ਖਾਲਸਾ ਜੀ, ਉਹ ਵੀ ਕਹਿੰਦੇ ਸਾਡੇ ਬੀਜੇਪੀ ਨਾਲ ਮੁਕਾਬਲਾ। ਲੱਗਦਾ ਕਿ ਕਿਸਾਨ ਲੀਡਰਾਂ ਦੇ ਵਿਰੋਧ ਦੀ ਵਜ੍ਹਾ ਕਰਕੇ ਬੀਜੇਪੀ ਨੂੰ ਨੁਕਸਾਨ ਹੋਏਗਾ? ਦੇਖੋ ਜੀ, ਨੁਕਸਾਨ ਤਾਂ ਕਿਸਾਨਾਂ ਨੂੰ ਹੋਣਾ, ਅੱਜ ਨਹੀਂ ਤਾਂ ਕੱਲ ਹੋਣਾ। ਜਿਹੜੇ ਕਿਸਾਨ ਆ ਨਾ, ਇਹ ਸਿਰਫ ਆਪਣੀ ਦਾਦਾਗਿਰੀ ਕਰਕੇ ਪੰਜਾਬ ਨੂੰ ਬਰਬਾਦ ਕਰਨ ਵਾਸਤੇ ਲੱਗੇ ਹੋਏ। ਇਹੀ ਕਿਸਾਨ ਕਹਿੰਦੇ ਸੀਗੇ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਜਦੋਂ ਇਹਨਾਂ ਨੂੰ ਲੋੜ ਤੀ ਜਿੰਦਾਬਾਦ ਜਿੰਦਾਬਾਦ, ਜਦੋਂ ਮਾਲ ਮਾਰਦਾ ਆਇਆ ਸਭ ਗੋਲ ਕਰਕੇ, ਜਿਹੜੇ ਕੰਬਲਾ ਹੈ ਘਰ ਨੂੰ ਲੈ ਕੇ, ਡਰਾਈ ਫਰੂਟ ਘਰ ਨੂੰ ਲੈ ਕੇ, ਜਿੰਨਾ ਸਮਾਨ ਆਇਆ ਘਰ ਨੂੰ ਲੈ ਕੇ, ਕਿਆ ਜਦੋਂ ਕਿਸਾਨਾਂ ਦੇ ਨਾਲ ਮਜ਼ਦੂਰ ਬੈਠੇ ਤੇ ਇਹਨਾਂ ਨੂੰ ਵੰਡ ਕੇ ਦਿੱਤਾ ਕਿਸੇ ਮਜ਼ਦੂਰ ਨੂੰ? ਸਭ ਮਾਲ ਖਾਣ ਵਾਲੇ ਬੰਦੇ ਆ। ਮੁਕਾਬਲਾ, ਇਹ ਜੀਪੀ ਵੀ ਕਹਿੰਦਾ ਬੀਜੇਪੀ ਨਾਲ ਮੁਕਾਬਲਾ, ਡਾਕਟਰ ਅਮਰ ਸਿੰਘ ਵੀ, ਇੱਕ ਸਾਡੇ ਹੋਰ ਹੈ ਵਿਚਾਰੇ ਖਾਲਸਾ ਜੀ, ਉਹ ਵੀ ਕਹਿੰਦੇ ਸਾਡੇ ਬੀਜੇਪੀ ਨਾਲ ਮੁਕਾਬਲਾ। ਲੱਗਦਾ ਕਿ ਕਿਸਾਨ ਲੀਡਰਾਂ ਦੇ ਵਿਰੋਧ ਦੀ ਵਜ੍ਹਾ ਕਰਕੇ ਬੀਜੇਪੀ ਨੂੰ ਨੁਕਸਾਨ ਹੋਏਗਾ? ਦੇਖੋ ਜੀ, ਨੁਕਸਾਨ ਤਾਂ ਕਿਸਾਨਾਂ ਨੂੰ ਹੋਣਾ, ਅੱਜ ਨਹੀਂ ਤਾਂ ਕੱਲ ਹੋਣਾ। ਜਿਹੜੇ ਕਿਸਾਨ ਆ ਨਾ, ਇਹ ਸਿਰਫ ਆਪਣੀ ਦਾਦਾਗਿਰੀ ਕਰਕੇ ਪੰਜਾਬ ਨੂੰ ਬਰਬਾਦ ਕਰਨ ਵਾਸਤੇ ਲੱਗੇ ਹੋਏ। ਇਹੀ ਕਿਸਾਨ ਕਹਿੰਦੇ ਸੀਗੇ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਜਦੋਂ ਇਹਨਾਂ ਨੂੰ ਲੋੜ ਤੀ ਜਿੰਦਾਬਾਦ ਜਿੰਦਾਬਾਦ, ਜਦੋਂ ਮਾਲ ਮਾਰਦਾ ਆਇਆ ਸਭ ਗੋਲ ਕਰਕੇ, ਜਿਹੜੇ ਕੰਬਲਾ ਹੈ ਘਰ ਨੂੰ ਲੈ ਕੇ, ਡਰਾਈ ਫਰੂਟ ਘਰ ਨੂੰ ਲੈ ਕੇ, ਜਿੰਨਾ ਸਮਾਨ ਆਇਆ ਘਰ ਨੂੰ ਲੈ ਕੇ, ਕਿਆ ਜਦੋਂ ਕਿਸਾਨਾਂ ਦੇ ਨਾਲ ਮਜ਼ਦੂਰ ਬੈਠੇ ਤੇ ਇਹਨਾਂ ਨੂੰ ਵੰਡ ਕੇ ਦਿੱਤਾ ਕਿਸੇ ਮਜ਼ਦੂਰ ਨੂੰ? ਸਭ ਮਾਲ ਖਾਣ ਵਾਲੇ ਬੰਦੇ ਆ।